एसएसपी कपूरथला दे दिशा निर्देशां ते नशिया खिलाफ चलाई गई मुहिम तहत सिटी थाना पुलिस फगवाड़ा नूं उस समय वड्डी सफलता हासिल हुई जदों पुलिस ने एक व्यक्ति नूं ड्रग मनी ते अफीम समेत काबू किया। इस संबंधी जानकारी दिंदिया एसएचओ सिटी थाना नवदीप सिंह ने दस्सिया कि पुलिस वल्लों बंगा चुंगी ते नाकेबंदी की हुई सी, जिस दौरान एक व्यक्ति ने पुलिस नूं देख के हथ विच फड़िया लिफाफा सड़क ते सुट दिता, जिस दौरान पुलिस वल्लों उस नूं रोक के जदों लिफाफे की तलाशी ली गई तां उस विचों अफीम ते ड्रग मनी बरामद की गई। आरोपी दी पहचान जवाहर लाल वासी पिंड परशा बिहार हाल वासी पलाही रोड फगवाड़ा वचों हुई है। फिलहाल पुलिस वालों आरोपी खिलाफ मामला दर्ज कर अगली कार्रवाई की जा रही है। हां भाई, किस संबंधी च बंदा फड़े? मानयोग एसएसपी साहब श्रीमती कमलदीप कौर, सरदार मनविंदर सिंह जी एसपी फगवाड़ा, सरदार परमजीत सिंह जी डीएसपी फगवाड़ा, इन्हां दी अगुवाई दे विच थाना सिटी फगवाड़ा नूं सफलता मिली है। थाना सिटी फगवाड़ा दी तरफ तों एसआई जसपाल सिंह ने रूटीन की तरह नाकेबंदी की हुई सी, तो शक दौरान उन्होंने एक नौजवान जो काबू किया है, वह नाम हैगा जवाहर लाल। जो जवाहर लाल है ये पलाही गेट का रहने वाला है, पिछों ये बिहार का है, तो इन्हें पुलिस पार्टी दे के कोई लिफाफा सुटे, जो लिफाफे चैक किया तो वो जी अफीम बरामद हुई है। ये 710 ग्राम अफीम है। तो इस दौरान ही जो ये होर जी रिकवरी जी 90,000 रुपए की रिकवरी भी हुई है, जी की ड्रग बनी है। तो ये जो पिछोकड़ी है भी ये असी ਇਹਦੇ ਖਿਲਾਫ ਜਿਹੜੇ 2 FIR ਆਲਰੇਡੀ ਰਜਿਸਟਰਡ ਹੈ, ਇੱਕ ਥਾਣਾ ਸਦਰ ਵਿੱਚ ਹੋਈ ਸੀਗੀ ਅਤੇ ਇੱਕ ਜਿਹੜੀ ਆ ਥਾਣਾ ਸਿਟੀ ਫਗਵਾੜਾ 'ਚ ਹੋਈ ਸੀ। ਸੋ ਇਹ ਡੋਡੇ ਵੀ ਵੇਚਦਾ ਅਤੇ ਜਿਹੜੀ ਹੈ ਅਫੀਮ ਵੀ ਵੇਚਦਾ, ਇਹ ਅਫੀਮ ਦਾ ਜਿਹੜਾ ਇਹ ਅਤੇ ਤੀਸਰਾ ਮੁਕੱਦਮਾ ਰਜਿਸਟਰਡ ਹੋ ਗਿਆ ਯਾਨੀ NDPS ਦਾ। ਇਹ ਪੈਦਲ ਹੀ ਵੇਚਦਾ ਜੀ ਸ਼ਰਾਬ? ਪੈਦਲ ਹੀ ਆਈਸਕ੍ਰੀਮ ਵੇਚਣ ਦਾ ਕੰਮ ਕਰਦਾ ਹੈ, ਕਿਉਂਕਿ ਇਹ ਆਈਸਕ੍ਰੀਮ ਵੇਚਦਾ ਇਸ ਕਰਕੇ ਇਹਦੇ ਸੋਸ਼ਲੀ ਆਸੇ ਪਾਸੇ ਕਾਫੀ ਕੰਟੈਕਟਸ ਨੇ। ਜਦੋਂ ਇਹ ਕੰਟੈਕਟਸ ਜਿਹੜੀ ਹੈ ਇਹ ਗਾਂ ਦੀ ਗਾਂ ਗਾਂ ਦੀ ਗਾਂ ਕੇ ਇਹਨਾਂ ਨੇ ਆਪਣੇ ਬਣਾਏ ਹੋਏ ਆ, ਉੱਥੋਂ ਇਕੱਠੀ ਕੁਆਂਟਿਟੀ ਲੈਂਦਾ ਅਤੇ ਇੱਥੇ ਆ ਕੇ ਜਿਹੜਾ ਇਹ ਵੇਚ ਦਿੰਦਾ। ਕਿੱਥੋਂ ਲੈ ਕੇ ਆਇਆ? ਹਾਂ, ਇਹ ਬਿਹਾਰ ਤੋਂ ਲੈ ਕੇ ਆਇਆ, ਬਾਕੀ ਇਹਦੇ ਉੱਤੇ ਹਾਲੇ ਵਰਕਆਊਟ ਜਾਰੀ ਹੈ, ਕਿਉਂਕਿ ਅਸੀਂ ਇਹਨੂੰ ਅਰੈਸਟ ਕਰਕੇ ਇਹਦਾ ਇੱਕ ਦਿਨ ਦਾ ਪੁਲਿਸ ਮਾਨ ਲਿਆ ਹੈ, ਸਾਨੂੰ ਮਿਲਿਆ ਕੋਰਟ ਤੋਂ। ਬਾਕੀ ਇਹਦੀਆਂ ਕੁਆਲਿਟੀਜ਼ ਵਗੈਰਾ ਤੋਂ ਸਾਰਾ ਅਸੀਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਵੀ ਇਹਦਾ ਜਿਹੜਾ ਇਹ ਫਾਰਵਰਡ ਲਿੰਕ ਅਤੇ ਬੈਕਵਰਡ ਲਿੰਕ ਕਿਹੜਾ? ਇਹ ਪ੍ਰੋਪਰ ਰਹਿਣ ਵਾਲਾ ਕਿੱਥੇ ਦਾ? ਇਹ ਗੋਪਾਲਗੰਜ ਬਿਹਾਰ ਦਾ ਰਹਿਣ ਵਾਲਾ ਹੈ। ਤੇ ਕਿੰਨੇ ਕਿੰਨੇ ਦੀ ਵੇਚਦਾ ਸੀ ਇਹ ਬਣਾ ਕੇ ਜੀ ਪੈਕਟ? ਇਹ ਜਿਸ ਤਰ੍ਹਾਂ ਵੀ ਜਿੱਦਾਂ ਹੁਣ ਇਹ 8-8 ਹਜ਼ਾਰ ਤੋਂ 10 ਗ੍ਰਾਮ ਜਿਹੜੇ 8-8 ਹਜ਼ਾਰ ਨੂੰ ਵੇਚ ਦਿੰਦਾ, ਕੁਛ ਥੋੜ੍ਹੀ ਜਿਹੀ ਉਹਦੀ ਇੰਪਿਓਰਿਟੀ ਮਿਕਸ ਕਰ ਦਿੰਦਾ, ਜਿਹਦੇ ਕਰਕੇ ਇਹਨੂੰ ਕਾਫੀ ਫਾਇਦਾ ਹੁੰਦਾ। ਮਤਲਬ ਉੱਥੋਂ ਬਲਕ ਕੁਆਂਟਿਟੀ 'ਚ ਲਿਆ ਕੇ ਇੱਥੇ ਜਿਹੜੀ ਪਿਓਰ ਹੁੰਦੀ ਉਹਨੂੰ ਇੰਪਿਓਰ ਕਰ ਦਿੰਦਾ, ਉਹਦੇ ਵਿੱਚ ਕੁਝ ਚੀਜ਼ ਮਿਲਾ ਕੇ ਉਸੇ ਕੁਆਂਟਿਟੀ ਨੂੰ ਜ਼ਿਆਦਾ ਕਰਕੇ ਤੈਨੂੰ ਕਸਟਮਰ ਨੂੰ ਵੇਚ ਦਿੰਦਾ। ਜਿਹੜੇ ਇੱਥੋਂ ਪੈਸੇ ਫੜੇ ਤਾਂ ਸਾਡੇ ਦੱਸਣ ਮੁਤਾਬਕ ਪੈਸੇ ਫੜੇ ਹੋਏ, ਇਹਨੇ ਸਮਾਨ ਵੇਚ ਕੇ ਹੀ ਪੈਸੇ ਇਕੱਠੇ ਕੀਤੇ ਹੋਏ ਸੀ? ਕਿਉਂਕਿ ਇਹਦੇ ਇਸ ਇਹਨੇ ਆਪਣੀ ਜਿਹੜੀ ਹੈ ਕਨਫੈਸ਼ਨ ਵੀ ਇਹੀ ਕੀਤਾ, ਕਿਉਂਕਿ ਇਹਦਾ ਨਾ ਤਾਂ ਕੋਈ ਫਿਕਸ ਸੋਰਸ ਆਫ ਇਨਕਮ ਹੈ ਅਤੇ ਨਾ ਹੀ ਇਹਦੇ ਕੋਲ ਜਿਹੜੀ ਇਹਦੀ ਕੋਈ ਇੰਨੀ ਫਿਜ਼ੀਕਲ ਕੰਡੀਸ਼ਨ ਹੈਗੀ ਆ ਜਾਂ ਇਨਕਮ ਟੈਕਸ ਹੈ ਜਾਂ ਕੋਈ ਵੀ ਕਿਸੇ ਕਿਸਮ ਦਾ ਨਹੀਂ ਹੈ। ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਇਹਨੇ ਆਪਣੀ ਕਨਫੈਸ਼ਨ 'ਚ ਵੀ ਮੰਨਿਆ ਵੀ ਇਹ ਡਰੱਗ ਤੋਂ ਹੀ ਲੈ ਕੇ ਆਉਂਦਾ ਅਤੇ ਇਸੇ ਕਰਕੇ ਜਿਹੜੀ ਅਸੀਂ ਇਹਨੂੰ ਡਰੱਗ ਬਣੀ ਇਹੀ ਸਮਝ ਰਹੇ ਹਾਂ। ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਖਿਲਾਫ? ਅਸੀਂ FIR ਰਜਿਸਟਰ ਕਰ ਦਿੱਤੀ ਹੈ 1865 NDPS ਦੇ ਤਹਿਤ, ਉਹਦੇ ਤਹਿਤ ਹੀ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਰਿਮਾਂਡ ਦਿੱਤੇ ਹੈ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਜੇਕਰ ਤੁਸੀਂ ਆਪਣੇ ਘਰ ਨੂੰ ਲਾਉਣਾ ਚਾਹੁੰਦੇ ਹੋ 4 ਚੰਦ ਜਾਂ ਫਿਰ ਤੁਹਾਡੇ ਘਰ ਹੈ ਲੜਕੀ ਦਾ ਵਿਆਹ, ਤਾਂ ਯਾਦ ਰੱਖੋ ਇੱਕ ਹੀ ਨਾਮ, ਬਾਲਾਜੀ ਸਟੀਲ ਫਰਨੀਚਰ ਐਂਡ ਵੁੱਡ ਵਰਕਸ, ਜੋ ਦੀਵਾਲੀ ਦੇ ਤਿਉਹਾਰ ਤੇ ਲੈ ਕੇ ਆਏ ਨੇ ਵੱਡੀਆਂ ਆਫਰਸ, ਜਿੱਥੇ ਤੁਸੀਂ ਬੈੱਡ, ਸੋਫਾ, ਡਾਇਨਿੰਗ ਟੇਬਲ ਆਦਿ ਬਾਜ਼ਾਰ ਨਾਲੋਂ ਘੱਟ ਅਤੇ ਆਸਾਨ ਕਿਸ਼ਤਾਂ ਤੇ ਖਰੀਦ ਸਕਦੇ ਹੋ, ਅਤੇ ਨਾਲ ਹੀ ਹਰ ਚੀਜ਼ ਖਰੀਦਣ ਤੇ ਮਿਲਣਗੇ ਦਿਲ ਖਿੱਚਵੇਂ ਗਿਫਟ। ਵੱਡਿਆਂ ਦੇ ਨਾਲ ਨਾਲ ਬੱਚਿਆਂ ਦਾ ਵੀ ਰੱਖਿਆ ਜਾ ਰਿਹਾ ਖਾਸ ਖਿਆਲ, ਕਿਉਂਕਿ ਲੋਹੇ ਦੀ ਅਲਮਾਰੀ ਨਾਲ ਬੱਚਿਆਂ ਲਈ ਅਲਮਾਰੀ ਅਤੇ ਸੋਫੇ ਦੇ ਨਾਲ ਮਿਲੇਗਾ ਬੱਚਿਆਂ ਲਈ ਸਟੱਡੀ ਟੇਬਲ ਬਿਲਕੁਲ ਫ੍ਰੀ। ਫਿਰ ਦੇਰ ਕਿਉਂ, ਹੁਣੇ ਆਓ ਬਾਲਾਜੀ ਸਟੀਲ ਫਰਨੀਚਰ ਐਂਡ ਵੁੱਡ ਵਰਕਸ, ਪਲਾਹੀ ਰੋਡ, ਫਗਵਾੜਾ। ਸਾਡੇ ਫੋਨ ਨੰਬਰ ਹਨ 0184-2228-9842, 98-762-03-06, 97-797-91-821।